ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਅਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾਗਦੀ ਦਿਵਸ ਨੂੰ ਸਮਰਪਿਤ ਸਾਡੇ 400 ਸਾਲਾ ਸ਼ਤਾਬਦੀ ਸਮਾਗਮ ਨਿਊ ਮੁੰਬਈ ਵਾਸ਼ੀ ਵਿਖੇ ਸਿੱਖ ਸਮਾਜ ਸੰਸਥਾ ਵੱਲੋਂ ਕਰਵਾਇਆ ਗਿਆ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਅਤੇ ਪ੍ਰਚਾਰਕ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਹਰਜਸ ਨਾਲ ਨਿਹਾਲ ਕੀਤਾ। ਗੁਰੂ ਘਰ ਦੇ ਸੇਵਕ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਅਮਰਬੀਰ ਸਿੰਘ ਧੋਤ ਅਤੇ ਚੀਫ ਖਾਲਸਾ ਦੀਵਾਨ ਦੇ ਮੈਂਬਰ ਹਰਸ਼ਦੀਪ ਸਿੰਘ ਰੰਧਾਵਾ ਨੇ ਇਸ ਪ੍ਰੋਗਰਾਮ ਦੀ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਸਮਾਗਮ ਦਮਦਮੀ ਟਕਸਾਲ ਦੇ ਮੁਖੀ ਅਤੇ ਪ੍ਰਧਾਨ ਸੰਤ ਸਮਾਜ ਸੰਤ ਗਿਆਨੀ ਹਰਨਾਮ ਸਿੰਘ ਪਿੰਡਰਾਵਾਲੇ ਦੀ ਰਹਿਨੁਮਾਈ ਹੇਠ ਕੀਤਾ ਗਿਆ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਹੈ। ਇਸ ਮੌਕੇ ਰਾਗੀ ਜਥਾ ਭਾਈ ਅਮੁੱਲ ਸਿੰਘ ਜੀ, ਰਾਗੀ ਜਥਾ ਭਾਈ ਮਨਪ੍ਰੀਤ ਸਿੰਘ ਜੀ, ਢਾਡੀ ਜਥਾ ਭਾਈ ਗੁਰਪ੍ਰੀਤ ਸਿੰਘ ਜੀ, ਲਾਂਡਰਾ ਵਾਲਿਆਂ ਨੇ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਮੌਕੇ ਇੱਥੇ ਉਹਨਾਂ ਗੁਰੂ ਘਰ ਦੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਅਤੇ ਦੂਰ ਨੇੜਿਓਂ ਆਈ ਸੰਗਤਾਂ ਦਾ ਵੀ ਧੰਨਵਾਦ ਕੀਤਾ। ਇਸ ਦੇ ਨਾਲ ਹੀ ਉਹਨਾਂ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵਿੰਦਰ ਫਡਨਵਿਸ ਦਾ ਵੀ ਸਮਾਗਮ ਦੇ ਵਿੱਚ ਖਾਸ ਤੌਰ ਤੇ ਪਹੁੰਚਣ ਲਈ ਧੰਨਵਾਦ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੇ ਹੀ ਸਿੱਖ ਸਮਾਜ ਮਹਾਰਾਸ਼ਟਰ ਵੱਲੋਂ ਅੱਜ ਨਵੀਂ ਮੁੰਬਈ ਵਾਸ਼ੀ ਸਿਡਕੋ ਐਗਜੀਬਿਸ਼ਨ ਸੈਂਟਰ ਵਿਖੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਰੱਖੇ ਗਏ ਸਨ, ਜਿਨ੍ਹਾਂ ਸਮਾਗਮਾਂ ਵਿੱਚ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਮੁਖੀ ਦਮਦਮੀ ਟਕਸਾਲ, ਰਾਗੀ ਜਥਾ ਭਾਈ ਅਨੂਪ ਸਿੰਘ ਜੀ, ਭਾਈ ਮਨਪ੍ਰੀਤ ਸਿੰਘ ਜੀ ਔਰ ਢਾਡੀ ਜਥਾ ਗੁਰਪ੍ਰੀਤ ਸਿੰਘ ਜੀ ਲਾਂਡਰਾਂ ਵਾਲਿਆਂ ਨੇ ਜਿਨ੍ਹਾਂ ਹਾਜ਼ਰੀ ਭਰੀ, ਹੋਰ ਵੀ ਸਾਡੇ ਲੋਕਲ ਗੁਰਦੁਆਰਾ ਸਾਹਿਬ ਦੇ ਜੋ ਨਵੀਂ ਮੁੰਬਈ ਦੇ ਔਰ ਮੁੰਬਈ ਦੇ ਸਨ ਉਹਨਾਂ ਵੀ ਹਾਜ਼ਰੀਆਂ ਭਰੀਆਂ। ਇਹ ਸਮਾਗਮ ਗੁਰੂ ਮਹਾਰਾਜ ਦੀ ਕਿਰਪਾ ਨਾਲ ਬਹੁਤ ਹੀ ਚੜ੍ਹਦੀ ਕਲਾ ਨਾਲ ਸੰਪੂਰਨ ਹੋਏ। ਜਿਨ੍ਹਾਂ ਜਥਿਆਂ ਨੇ, ਗੁਰਦੁਆਰਾ ਸਾਹਿਬ ਨੇ ਔਰ ਸੇਵਕ ਜਥਿਆਂ ਨੇ ਜੋ ਸੇਵਾ ਨਿਭਾਈ ਉਹ ਬਹੁਤ ਹੀ ਸ਼ਲਾਘਾਯੋਗ, ਕਿਉਂਕਿ ਇੰਨੇ ਵੱਡੇ ਸਮਾਗਮ 'ਚ ਕੋਈ ਨਾ ਕੋਈ ਗਲਤੀ ਜ਼ਰੂਰ ਹੋ ਜਾਂਦੀ, ਬਟ ਗੁਰੂ ਮਹਾਰਾਜ ਦੀ ਕਿਰਪਾ ਰਹੀ ਐਸਾ ਕੋਈ ਵੀ ਵਿਘਨ ਨਹੀਂ ਪਿਆ। ਸਾਰੀਆਂ ਸੇਵਾਵਾਂ, ਲੰਗਰ, ਸਟੋਲ, ਜੋੜਾ ਘਰ, ਹਰ ਚੀਜ਼, ਪਾਰਕਿੰਗ, ਜੋ ਵੀ ਜਿਸ ਸੇਵਾ ਸੰਭਾਲੀਆਂ, ਸਾਰਿਆਂ ਨੇ ਆਪਣੀ ਆਪਣੀ ਤਨਦੇਹੀ ਨਾਲ, ਸ਼ਰਧਾ ਭਾਵਨਾ ਨਾਲ ਸਾਰਿਆਂ ਸੇਵਾ ਨਿਭਾਈ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਔਰ ਦੂਰੋਂ ਨੇੜਿਓਂ ਆਈ ਸੰਗਤਾਂ, ਪੰਜਾਬ ਤੋਂ, ਮਹਿਤਾ ਸਾਹਿਬ ਤੋਂ, ਅਮਰਵੀਰ ਸਿੰਘ ਢੋਟ ਸਾਹਿਬ ਫੈਡਰੇਸ਼ਨ ਪ੍ਰਧਾਨ ਆਏ, ਅਵਤਾਰ ਸਿੰਘ ਜੀ ਬੁੱਟਰ, ਔਰ ਵੀ ਹਰਸ਼ਦੀਪ ਸਿੰਘ ਜੀ, ਜਿੰਨੇ ਵੀ ਗੁਰਦੁਆਰਿਆਂ ਦੇ ਨਵੀਂ ਮੁੰਬਈ, ਮਹਾਰਾਸ਼ਟਰ, ਔਰੰਗਾਬਾਦ, ਨਾਗਪੁਰ, ਦੂਰੋਂ ਦਰੇੜੇ ਨੂੰ, ਨੰਦੇੜ ਤੋਂ ਸੰਗਤ ਆਈ, ਸਾਰਿਆਂ ਦਾ ਬਹੁਤ ਬਹੁਤ ਆਇਆਂ ਦਾ ਧੰਨਵਾਦ। ਇੰਨੀ ਦੂਰੋਂ ਆਪ ਜੀ ਨੇ ਸਾਰਿਆਂ ਨੇ ਆ ਕੇ ਇਸ ਸਮਾਗਮ ਦੀ ਸ਼ੋਭਾ ਵਧਾਈ। ਔਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵਿੰਦਰ ਫਡਨਵੀਸ ਜੀ ਆਏ, ਉਹਨਾਂ ਦੇ ਨਾਲ ਸਾਰੇ ਇੱਥੋਂ ਦੇ MLA ਜੋ ਨਵੀਂ ਮੁੰਬਈ ਦੇ ਸਨ ਉਹ ਸਾਰਿਆਂ ਨੇ ਹਾਜ਼ਰੀ ਭਰੀ। ਬਹੁਤ ਹੀ ਸ਼ਲਾਘਾਯੋਗ ਇਹ ਸਾਰਾ ਉਪਰਾਲਾ ਸਾਰੀ ਸੰਗਤ ਦੇ ਸਹਿਯੋਗ ਦੇ ਨਾਲ ਹੋਇਆ। ਇੰਨੀਆਂ ਬੇਨਤੀਆਂ ਕਰਦੇ ਹੋਏ ਖਿਮਾ ਦੇ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਜੋਤੀ ਜੋਤ ਦਿਵਸ ਅਤੇ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਗੁਰਿਆਈ ਦਿਵਸ ਨੂੰ ਸਮਰਪਿਤ 450 ਸਾਲਾ ਨਿਊ ਮੁੰਬਈ ਸਿੱਖ ਸਮਾਜ ਸੰਸਥਾ ਵੱਲੋਂ ਜੋ ਬਹੁਤ ਹੀ ਮਹਾਨ ਇੱਕ ਗੁਰਮਤਿ ਸਮਾਗਮ ਕਰਾਇਆ ਗਿਆ ਹੈ। ਮਹਾਰਾਸ਼ਟਰ ਵਿੱਚ ਬਹੁਤ ਹੀ ਵੱਡਾ ਉਪਰਾਲਾ ਹੈ, ਕਿਉਂਕਿ ਅੱਜ ਅਸੀਂ ਪੰਜਾਬ ਤੋਂ ਆਏ ਹਾਂ। ਦਾਸ ਸਿੱਖ ਸੂ ਫੈਡਰੇਸ਼ਨ ਮਹਿਤਾ ਦਾ ਮੁੱਖ ਸੇਵਾਦਾਰ ਹੈ, ਮੇਰੇ ਨਾਲ ਅੰਮ੍ਰਿਤਸਰ ਤੋਂ ਅਵਤਾਰ ਸਿੰਘ ਜੀ ਬੁੱਟਰ, ਹਰਸ਼ਦੀਪ ਸਿੰਘ ਜੀ ਰੰਧਾਵਾ ਜੀ ਜੋ ਚੀਫ ਖਾਲਸਾ ਦੀਵਾਨ ਦੇ ਮੈਂਬਰ ਹਨ, ਉਹ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ, ਕਿਉਂਕਿ ਇਹ ਸਮਾਗਮ ਜਿਹੜਾ ਆਇਆ ਹੈ ਇਹ ਦਮਦਮੀ ਟਕਸਾਲ ਦੇ ਮੌਜੂਦਾ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਪ੍ਰਧਾਨ ਸੰਤ ਸਮਾਜ ਦੀ ਰਹਿਨਮਾਈ ਹੇਠ ਕੀਤਾ ਗਿਆ ਹੈ। ਬਹੁਤ ਹੀ ਇੱਕ ਵੱਡਾ ਵਿਸ਼ਾਲ ਜੋ ਸਮਾਗਮ ਕੀਤਾ ਗਿਆ ਹੈ, ਜਿਹਦੇ ਵਿੱਚ ਹਜ਼ਾਰਾਂ ਦੀ ਸੰਗਤ ਵਿੱਚ
ਮਹਾਰਾਸ਼ਟਰ ਵਿੱਚੋਂ ਸੰਗਤ ਨੇ ਭਾਗ ਲਿਆ ਹੈ। ਮੈਂ ਇਸ ਸਮਾਗਮ ਦੀ ਆਪਣੇ ਵੱਡੇ ਵੀਰ ਸਰਦਾਰ ਜਸਪਾਲ ਸਿੰਘ ਸਿੱਧੂ ਜੀ ਅਤੇ ਨਾਲ ਮੈਂ ਹੈਪੀ ਸਿੰਘ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਕਿਉਂਕਿ ਇਹਨਾਂ ਦੀ ਸਮੁੱਚੀ ਟੀਮ ਨੇ ਬਹੁਤ ਹੀ ਵਧੀਆ ਮੈਨੇਜਮੈਂਟ ਦੇ ਨਾਲ ਤਰੀਕੇ ਦੇ ਨਾਲ ਜੋ ਪ੍ਰੋਗਰਾਮ ਲਿਖਿਆ ਸੀ ਬਹੁਤ ਹੀ ਚੰਗਾ ਇੱਕ ਮੈਸੇਜ ਗਿਆ ਹੈ, ਕਿਉਂਕਿ ਸਿੱਖ ਸਮਾਜ ਨੂੰ ਜੋੜਨਾ ਬਹੁਤ ਵੱਡੀ ਸਮੇਂ ਦੀ ਲੋੜ ਹੈ ਅਤੇ ਇਸ ਕਰਕੇ ਜਸਪਾਲ ਸਿੰਘ ਸਿੱਧੂ ਜੀ ਵਧਾਈ ਦੇ ਪਾਤਰ ਹਨ। ਗੁਰੂ ਰਾਮਦਾਸ ਦੇ ਚਰਨਾਂ 'ਚ ਅਰਦਾਸ ਦੀ ਅਰਦਾਸ ਬੇਨਤੀ ਕਰਦਾ ਮਹਾਰਾਜ ਸੱਚੇ ਪਾਤਸ਼ਾਹ ਸਰਦਾਰ ਜਸਪਾਲ ਸਿੰਘ ਜੀ ਅਤੇ ਹੈਪੀ ਜੀ ਦੇ ਸਮੁੱਚੀ ਟੀਮ ਨੂੰ ਆਪਣੇ ਗੁਰੂ ਸਿੱਖੀ ਜੀਵਨ ਸਿੱਧ ਕੇ ਭਰੋਸਾ ਨਾਮ ਦਿਆਂ ਬਲ ਬਖਸ਼ੋ ਤਾਂ ਜੋ ਚੜ੍ਹਦੀ ਕਲਾ ਦੇ ਨਾਲ ਆਪ ਜੀ ਦੇ ਆਸ਼ੀਰਵਾਦ ਦੇ ਨਾਲ ਇਹ ਮਹਾਰਾਸ਼ਟਰ ਦੀ ਨਵੀਂ ਮੁੰਬਈ ਦੀ ਚੜ੍ਹਦੀ ਕਲਾ ਸੇਵਾ ਕਰਦੇ ਰਹਿਣ। ਮੈਂ ਸਿੱਖ ਸੰਗਤ ਫਾਊਂਡੇਸ਼ਨ ਮਹਿਤਾ ਵੱਲੋਂ ਆਪਣੀ ਸਮੁੱਚੀ ਟੀਮ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।